ਇੱਕੋ ਥਾਲੀ ਦੇ ਚੱਟੇ ਵੱਡੇ ਆ ਤਾਂ ਹੀ ਤਾਂ ਫਰਸਟ੍ਰੇਟਿਡ ਪੰਜਾਬ ਉੱਠਿਆ ਨੱਥਾ ਸਿੰਘ ਐਂਡ ਪ੍ਰੇਮ ਸਿੰਘ ਵਾਨਣ ਦੀ ਸੇਮ ਥਿੰਗ ਪਿਛਲੀ ਵਾਰ ਮਜੀਠੇ 'ਚ ਕੈਂਡੀਡੇਟ ਕਿਹੜਾ ਗਿਆ ਸੀ ਦੇਖ ਲਓ ਦੇਖ ਲਓ ਕਿਹੜਾ ਕੈਂਡੀਡੇਟ ਭੇਜਿਆ ਸੀ ਪਿਛਲੀ ਵਾਰ ਮਜੀਠੇ 'ਚ 42 ਬੰਦਿਆਂ ਨੇ ਮਿਲ ਕੇ ਕਿਹਾ ਕਿ ਜਵਲੰਤ ਮੁੱਦਾ ਨਸ਼ਿਆਂ ਦਾ ਬਾਈ ਜੀ CBI ਇਨਕੁਆਇਰੀ ਕਰੋ ਕਹਿੰਦਾ ਲੋੜ ਹੀ ਕੋਈ ਨਹੀਂ ਇਹਦੀ ਤਾਂ ਲੋੜ ਹੀ ਕੋਈ ਬਜ਼ੁਰਗਾਂ 'ਚ ਸ਼ੁਮਾਰ ਹੋ ਗਿਆ ਸੱਠਾਂ ਦੇ ਉੱਤੇ ਜੱਜ ਸਾਹਿਬਾਂ ਨੂੰ ਰਿਟਾਇਰ ਕਰ ਦਿੰਦੇ ਆ ਹੁਣ ਤਾਂ ਸਾਡੀ ਪਾਰਟੀ ਵੀ ਇੱਕ 70 ਦੇ ਠਾ ਹੋ ਗਏ ਇੱਥੇ ਤਾਂ 75-80 ਦੂਆ 90 ਉਹ ਸ਼ਾਇਰ ਕਹਿ ਰਿਹਾ ਬੜੇ ਧਿਆਨ ਨਾਲ ਸੁਣਿਓ ਉਹ ਸ਼ਾਇਰ ਕਹਿ ਰਿਹਾ ਬੜੇ ਧਿਆਨ ਨਾਲ ਸੁਣੋ ਉਹ ਕਹਿੰਦਾ ਤੇਰੇ ਹੁਸਨ ਕਾ ਹੁੱਕਾ ਤੋਂ ਕਬ ਕਬ ਬੁੱਝ ਚੁੱਕਾ ਯੇ ਤੋਂ ਹਮ ਹੀ ਹੈ ਜੋ ਅਭੀ ਤੱਕ ਗੁੜਗੁੜਾਏ ਜਾ ਰਹੇ ਹੈ ਇਹਨਾਂ ਦੀ ਗੱਲ ਤੇ ਮੁਕਾ ਦੀ ਆਪਾਂ ਅੰਗਰੇਜ਼ੀ 'ਚ ਵੀ ਜੇ ਤੁਸੀਂ ਸੁਣਨਾ ਤੇ ਦੇ ਆਰ ਰਿਚ ਇਨ ਅੰਬਿਸ਼ਨ ਬਟ ਪੂਅਰ ਇਨ ਕੰਡੀਸ਼ਨ ਦੇ ਆਰ ਰਿਚ ਇਨ ਅੰਬਿਸ਼ਨ ਬਟ ਪੂਅਰ ਇਨ ਕੰਡੀਸ਼ਨ ਲਓ ਅੱਜ ਤੁਹਾਨੂੰ ਮੈਂ ਉਹ ਵੀ ਦੱਸ ਦਿੰਦਾ ਵੀ ਸਿੱਧੂ ਸਾਹਿਬ ਕੇਜਰੀਵਾਲ ਸਾਹਿਬ ਨਾਲ ਇੱਕਜੁੱਟ ਕਿਉਂ ਨਹੀਂ ਹੋ ਸਕਿਆ ਦੇਖੋ ਸਿਲੈਕਟਿਡ ਲੀਕਸ ਹੋਈਆਂ ਸਾਡੀ ਮੁਲਾਕਾਤ ਹੋਈ ਇਹ ਜੀ ਆਏ ਸਾਡੇ ਘਰ 2 ਸਾਲ ਦੇ ਮਗਰ ਲੱਗੇ ਸੀ ਹਰ ਰੋਜ਼ ਮੇਰੀ ਵਾਈਫ ਕੋਲ ਜਾ ਕੇ ਗੱਲਬਾਤ ਯੇ ਵੋ ਰਾਜ ਸਭਾ ਤੋਂ ਜਿਹੜਾ ਅਸਤੀਫਾ ਦਿੱਤਾ ਇਹ ਗੱਲ ਕਲੀਅਰ ਕਰ ਦਿਆਂ ਮੈਂ ਇਟ ਹੈਡ ਨਥਿੰਗ ਟੂ ਡੂ ਵਿਦ ਕੇਜਰੀਵਾਲ ਸਾਹਿਬ ਮੈਂ 2 ਸਾਲ ਪਹਿਲਾਂ ਰਾਜ ਸਭਾ ਬਿਲਕੁਲ ਰਿਫਿਊਜ਼ ਕੀਤੀ ਸੀ 2 ਸਾਲ ਪਹਿਲਾਂ ਮੈਂ ਰਾਜ ਸਭਾ ਰਿਫਿਊਜ਼ ਕੀਤੀ ਸੀ ਜਦੋਂ ਜੇਤਲੀ ਸਾਹਿਬ ਨੇ ਔਰ ਰਾਜਨਾਥ ਜੀ ਨੇ ਔਰ ਅਮਿਤ ਸ਼ਾਹ ਜੀ ਨੇ ਮੈਨੂੰ ਬੁਲਾਇਆ ਸੀ ਔਰ ਉਹਨਾਂ ਨੇ ਕਿਹਾ ਸੀਗਾ ਬੇਟਾ ਪਾਰਟੀ ਨੇ ਤੈਅ ਕੀਤਾ ਵੀ ਅੰਮ੍ਰਿਤਸਰ ਤੋਂ ਜੇਤਲੀ ਸਾਹਿਬ ਇਲੈਕਸ਼ਨ ਲੜ ਮੈਂ ਕਿਹਾ ਜੀ ਮੇਰੇ ਵੱਡੇ ਨੇ ਮਾਤਾ ਪਿਤਾ ਤੋਂ ਵੱਡਾ ਦਰਜਾ ਉਹਨਾਂ ਦਾ ਮੈਂ ਕਿਹਾ ਮੈਂ ਉਹਨਾਂ ਦਾ ਖੈਰ ਮਕਦਮ ਕਰਦਾ ਵੈਲਕਮ ਕਰਦਾ ਕੋਈ ਗੱਲ ਹੀ ਨਹੀਂ ਅਤੇ ਫਿਰ ਜੇਤਲੀ ਸਾਹਿਬ ਨੇ ਉੱਥੇ ਕਿਹਾ ਵੀ ਨਵਜੋਤ ਨੂੰ ਰਾਜ ਸਭਾ ਆਪਾਂ ਮੈਂ ਕਿਹਾ ਜੀ ਦੇਖੋ ਦੁਨੀਆ ਭਰੀ ਪਈ ਹੈ ਸੌਦੇਬਾਜ਼ਾਂ ਦੀ ਕਿ ਮੈਂ ਕਿਹਾ ਜਿਹੜਾ ਬੰਦਾ ਪਿਤਾ ਸਮਾਨ ਮੰਨਦਾ ਤੁਹਾਨੂੰ ਉਹ ਤੁਹਾਨੂੰ ਆਪਣੀ ਸੀਟ ਛੱਡਣ ਦੇ ਬਦਲੇ ਰਾਜ ਸਭਾ ਮੰਗੂਗਾ ਮੈਂ ਬਾਦਲ ਸਾਹਿਬ ਦੀ ਸਪੋਰਟ ਨਾਲ ਤਾਂ ਮੈਂ ਰਾਜ ਸਭਾ ਲੈਂਦਾ ਹੀ ਨਹੀਂ ਇੱਕ ਦੂਜੀ ਗੱਲ ਮੈਂ ਕਿਹਾ ਮੈਂ ਸੌਦੇਬਾਜ਼ੀ ਕਰਦਾ ਨਹੀਂ ਅੰਮ੍ਰਿਤਸਰ ਨੂੰ ਮੇਰਾ ਵਚਨ ਦਿੱਤਾ ਹੋਇਆ ਅੰਜਲੀ 'ਚ ਜਲ ਦੇ ਕੇ ਵਚਨ ਦਿੱਤਾ ਹੋਇਆ ਕਿ ਦੁਨੀਆ ਇੱਧਰ ਹੋ ਜਾਵੇ ਚਾਹੇ ਉੱਧਰ ਹੋ ਜਾਵੇ ਮੈਂ ਅੰਮ੍ਰਿਤਸਰ ਛੱਡੂੰਗਾ ਨਹੀਂ ਰਿਜੈਕਸ਼ਨ ਜਾਂ ਰੈਲੇਵੈਂਸ ਇਸ ਲੋਕਤੰਤਰ ਦੇ ਵਿੱਚ ਲੋਕਾਂ ਦੀ ਤੁਹਾਡੀ ਹਮਾਇਤ ਲੋਕਾਂ ਦਾ ਤੁਹਾਡਾ ਵਿਸ਼ਵਾਸ ਹੈ ਪਹਿਲੀ ਵਾਰ ਤਾਂ ਇੱਕ ਸੈਲੀਬ੍ਰਿਟੀ ਜਿੱਤਦਾ ਜਾ ਕੇ ਬੜੇ ਜਿੱਤੀਆਂ ਦੇ ਪਹਿਲੀ ਵਾਰ ਠੂ ਠੜਾਕਾ ਬਿਊਟੀ ਐਕਟਰ ਯੇ ਵੋ ਫਲਾਨਾ ਧਮਕਾਨਾ ਅਗਲੇ ਰੀਲ ਹੀਰੋ ਨੂੰ ਦੇਖ ਕੇ ਦੰਗ ਰਹਿ ਜਾਂਦੇ ਆ ਦੂਜੀ ਵਾਰ ਉਹਦਾ ਕੰਮ ਜਿੱਤਦਾ ਤੀਜੀ ਵਾਰ ਉਹਦਾ ਆਚਰਣ ਅਤੇ ਉਹਦਾ ਵਿਵਹਾਰ ਜਿੱਤਦਾ ਅਤੇ ਚੌਥੀ ਵਾਰ ਉਹਦਾ ਕਿਰਦਾਰ ਜਿੱਤਦਾ ਕਿਰਦਾਰ ਜਦੋਂ ਕੋਈ ਨਵਾਂ ਨਵਾਂ ਪਟੋਲਾ ਜੰਮ ਕੇ ਸਵਾਲ ਕਰਦਾ ਨਾ ਤਾਂ ਉਹਨੂੰ ਮੈਂ ਇਹੀ ਜਵਾਬ ਦਿੰਦਾ ਵੀ ਭਾਈ ਸਾਡੀ ਕੋਈ ਔਕਾਤ ਨਹੀਂ ਮੈਂ ਮਿੱਟੀ ਮੇਰੀ ਜ਼ਾਤ ਵੀ ਮਿੱਟੀ ਅਤੇ ਮੇਰਾ ਬਾਬਲ ਮਿੱਟੀ ਖਾਣਾ ਮਾਂ ਮੇਰੀ ਨੇ ਮਿੱਟੀ ਜੰਮੀ ਨਾ ਰੱਖਿਆ ਮਰ ਜਾਣਾ ਮੇਰੀ ਕੋਈ ਔਕਾਤ ਨਹੀਂ ਜੇ ਔਕਾਤ ਹੈ ਤਾਂ ਉਹਨਾਂ ਲੋਕਾਂ ਨੇ ਬਣਾਈ ਜਿਹਨਾਂ ਅੰਮ੍ਰਿਤਸਰ ਦਾ MP ਬਣਾਇਆ ਜਿੱਤਣ ਤੋਂ ਬਾਅਦ ਰਾਜ ਸਭਾ ਆਫਰ ਹੋਈ ਪਰ ਰਿਫਿਊਜ਼ ਕਰਤੀ ਫਿਰ ਮੋਦੀ ਸਾਹਿਬ ਨੇ ਨੋਮੀਨੇਟ ਕਰਤਾ ਹਵਾਈ ਫਾਇਰ ਸ਼ੁਰਲੀਆਂ ਛੱਡਣ ਵਾਲੇ ਬੜੇ ਲੋਕ ਨੇ ਤੁਸੀਂ ਉਸ ਦਿਨ ਦਾ ਅਖਬਾਰ ਚੱਕ ਲਓ ਜਿੱਦਣ ਮੈਂ ਰਾਜ ਸਭਾ ਜੁਆਇਨ ਕੀਤੀ ਮੈਂ ਇੱਕੋ ਗੱਲ ਕਹੀ ਸੀ ਕਿ ਜੇ ਇਹ ਰਾਜ ਸਭਾ ਮੈਨੂੰ ਪੰਜਾਬ ਵੱਲ ਲਿਜਾਉਂਦੀ ਹੈ ਤਾਂ ਮੇਰੇ ਲਈ ਇਹ ਤੀਰਥ ਸਥਾਨ ਹੈ ਪੁੰਨ ਸਥਲੀ ਹੈ ਅਤੇ ਜੇ ਇਹ ਰਾਜ ਸਭਾ ਮੈਨੂੰ ਪੰਜਾਬ ਵੱਲ ਨਹੀਂ ਲਿਜਾਂਦੀ ਤਾਂ ਫਿਰ ਇਹ ਰਾਜ ਸਭਾ 'ਚ ਹੋਣਾ ਨਾ ਹੋਣਾ ਇੱਕ ਬਰਾਬਰ ਹੈ ਮੇਰੇ ਲਈ ਬੋਝ ਹੈ ਰਾਜ ਸਭਾ ਮੈਂ ਇਸ ਲਈ ਛੱਡੀ ਮਿੱਤਰੋ ਕਿ ਹਦਾਇਤ ਸੀ ਕਿ ਬਾਦਲ ਸਾਹਿਬ ਦੀ ਕੰਪੇਨ ਕਰੋ ਮੈਂ ਕਿਹਾ ਨਹੀਂ ਕਰਦਾ ਬਿਲਕੁਲ ਨਹੀਂ ਕਰਦਾ ਮਤਲਬ ਹੀ ਨਹੀਂ ਮੈਂ ਧਰਮ ਨਾਲ ਖੜਾ ਹੋ ਜਾ ਇਹ ਤਾਂ ਹੋ ਹੀ ਨਹੀਂ ਸਕਦਾ ਵੀ 2 ਅੱਖਾਂ ਵਾਲੇ ਧ੍ਰਿਤਰਾਸ਼ਟਰ ਨਾਲ ਖੜਾ ਹੋ ਜਾ ਪੁੱਤਰ ਮੋਹ 'ਚ ਜਿਨ੍ਹਾਂ ਨੇ ਹੋਰ ਕੁਛ ਸੋਚਿਆ ਹੀ ਨਹੀਂ ਵੈਸੇ ਤਾਂ ਧ੍ਰਿਤਰਾਸ਼ਟਰ ਦੇ ਨਾਲ ਦੁਸ਼ਾਸਨ ਵੀ ਹੈ ਕੌਮ ਨੂੰ ਕਿੱਥੇ ਰੋੜਤਾ ਕਿੱਥੇ ਲਿਆਤੀ ਇਹ ਸਭ ਨੂੰ ਪਤਾ ਹੈ
ये जो पब्लिक है ये सब जानती है, मैं नहीं कहता, राजेश खन्ना कह गया। उन्होंने नॉमीनेट किया जी 2 साल बाद प्रधानमंत्री साहब। मैं उस दिन स्टेटमेंट दी तो मैं उन्होंने जाके मिलया, मैं कहा जी मैनू एक धुरा, मैं नाम कदे किसी का नहीं लूँगा क्योंकि देखो वो मेरे वड्डे रहे है, साढ़े मतभेद हो सकते हैं, लेकिन यह जी कोई गल नहीं कि मैं घर की गल न बहर क्ढा। मैं कहा जी एक धुरा कहता है बादल साहब की कंपेन कर दे, मैं मैं मनिया नहीं। दूआ कहता फिर पंजाब वाल मूँह ही ना कर। मैं कहा जी मैनू ये भी मंजूर नहीं। तो राज्यसभा तो जो मैं पैर धरता तो क्वांटल क्वांटल का सी, फिर वो इतें ऐ बोझ पिया हो।